साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। ਪਾਤੜਾ ਦੇ ਪਿੰਡ ਮੌਂਦੀ ਵਾਲਾ ਵਿਖੇ ਚੱਲ ਰਹੇ ਸ਼ਰਾਬ ਦੇ ਠੇਕੇ ਤੋਂ ਤੰਗ ਆ ਕੇ ਪਿੰਡ ਦੀਆਂ ਔਰਤਾਂ ਨੇ ਠੇਕੇ ਨੂੰ ਜਿੰਦਾ ਲਗਾ ਦਿੱਤਾ। ਦੱਸਣਯੋਗ ਹੈ ਕਿ ਸ਼ਰਾਬੀਆਂ ਵੱਲੋਂ ਸ਼ਰਾਬ ਪੀ ਕੇ ਗਲਤ ਸ਼ਬਦ ਵਰਤੇ ਜਾਣ ਨੂੰ ਲੈ ਕੇ ਠੇਕੇ ਦੇ ਨਾਲ ਘਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਕਾਫ਼ੀ ਪਰੇਸ਼ਾਨ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਪਿੰਡ ਦੇ ਨਾਲ ਬਣੇ ਸ਼ਰਾਬ ਦੇ ਠੇਕੇ ਤੇ ਸਵੇਰੇ ਅਤੇ ਸ਼ਾਮ ਵੇਲੇ ਕੁਝ ਵਿਅਕਤੀ ਸ਼ਰਾਬੀ ਹਾਲਤ ਵਿੱਚ ਖੜੇ ਹੁੰਦੇ ਨੇ ਅਤੇ ਚੰਗਾ ਮੰਦਾ ਬੋਲਦੇ ਨੇ, ਜਿਸ ਕਾਰਨ ਉਹਨਾਂ ਨੂੰ ਲੰਘਣਾ ਕਾਫ਼ੀ ਔਖਾ ਹੁੰਦਾ ਹੈ। ਕਾਫ਼ੀ ਸਮੇਂ ਤੋਂ ਚੱਲ ਰਿਹਾ ਇਹ ਠੇਕਾ ਲੋਕਾਂ ਲਈ ਸਿਰ ਦਰਦੀ ਬਣਿਆ ਹੋਇਆ, ਜਿਸ ਕਾਰਨ ਅੱਕ ਕੇ ਇਹਨਾਂ ਔਰਤਾਂ ਨੇ ਠੇਕੇ ਨੂੰ ਜਿੰਦਾ ਲਗਾ ਦਿੱਤਾ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਠੇਕੇ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਤਦ ਤੱਕ ਉਹਨਾਂ ਦਾ ਇਹ ਧਰਨਾ ਜਾਰੀ ਰਹੇਗਾ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਕਿਆਰੇ ਵੀਰੇ 20 ਸਾਲ ਹੋ ਗਏ ਜੋ ਦਾਰੂ ਪੀਂਦੇ ਨੇ ਗੰਦ ਪਕਦੇ ਨੇ ਜੀ, ਸੁਣਿਆ ਨੀ ਜਾਂਦੇ ਕਿਸੇ ਨੂੰ ਲੱਥਾ ਕਿਸੇ ਨੂੰ ਮੁੱਕੀ, ਇਹੀ ਚੱਲਦਾ ਸਾਰਾ ਦਿਨ। ਅਸੀਂ ਠੇਕਾ ਨਹੀਂ ਇਹਨੇ ਰਹਿਣ ਦੇਣਾ ਚਾਹੇ ਸਾਨੂੰ ਸਾਲ ਧਰਨਾ ਲਾਣਾ ਪੈ ਜੀ। ਠੇਕਾ ਤਾਂ 20 ਸਾਲ ਤੋਂ ਵੀਰੇ ਚੱਲ ਰਿਹਾ। ਗੁਰਦੁਆਰਾ ਨੇੜੇ ਆ, ਕੋਈ ਸੁਣੀਆਂ ਨੀ ਜਾਂਦੀ ਜਿਹੜਾ ਉਹ ਗੰਦ ਚਾਹੁੰਦੇ ਨੇ, ਉਦੋਂ ਵੀ ਇਹੀ ਹਾਲ ਹੁੰਦਾ। ਹਾਂਜੀ ਠੇਕਾ ਖੁੱਲਾ ਹੁੰਦਾ ਤੇ ਕਿਸੇ ਨੀ ਜੀ ਸੁਣੀ ਹੈਗੀ। ਅਸੀਂ ਕਿਸੇ ਨੂੰ ਨੀ ਜੀ, ਅਸੀਂ ਇਸ ਤਰ੍ਹਾਂ ਸਰਪੰਚਾਂ ਮੈਂਬਰਾਂ ਨੂੰ ਕਿਹਾ, ਉਹਨਾਂ ਵੀ ਨੀ ਸਾਡੀ ਸੁਣੀ ਹੈਗੀ। ਤੇ ਹੁਣ ਆਇਆ ਵੀ ਇੱਥੇ ਠੇਕਾ ਨੀ ਰਹਿਣਾ ਚਾਹੀਦਾ, ਬਸ ਚਾਹੇ ਸਾਨੂੰ ਸਾਲ ਡੇਢ ਧਰਨਾ ਲਾਣਾ ਪੈ ਜਾਵੇ, ਠੇਕਾ ਨੀ ਰਹਿਣਾ। ਤੁਸੀਂ ਜਿੰਦਾ ਲਾਏ ਨੂੰ? ਹਾਂਜੀ ਜਿੰਦਾ ਲਾਇਆ। ਜਿੰਦਾ ਖੋਲਦੇ ਨੇ? ਨਹੀਂ ਖੋਲਦੇ ਜੀ, ਜੇ ਖੋਲਾਂਗੇ ਤੇ ਤੋੜਾਂਗੇ ਜੀ। ਗੁਰਦੁਆਰੇ ਜਾਂਦੇ ਆਗੇ, ਉਹਨਾਂ ਪਰ ਲੰਘਦੇ ਆਗੇ, ਸਾਨੂੰ ਲੰਘਣਾ ਵੀ ਬਹੁਤ ਔਖਾ। ਸਵੇਰੇ ਕਿੰਨੇ ਵਜੇ ਖੁੱਲਾ ਹੁੰਦਾ? ਸਵੇਰੇ 4 ਵਜੇ ਖੁੱਲਾ ਹੁੰਦਾ, ਬਾਬਾ ਬਾਣੀ ਪੜਦਾ, ਇਹਨਾਂ ਦੀ ਆਪਦੀ ਬਾਣੀ ਹੁੰਦੀ ਹੈ ਠੇਕੇ ਵਾਲਿਆਂ ਦੀ। ਸਾਨੂੰ ਬਹੁਤ ਔਖਾ ਲੰਘਣਾ ਜਦੋਂ ਮਾਂ ਭੈਣ ਇੱਕ ਕਰਦੇ ਨੇ। ਇਹ ਤਾਂ ਰੋਜ਼ ਦਾ ਹੀ ਕੀਤਾ ਜੀ, ਹੁਣ ਜ਼ਿਆਦਾ ਹੋ ਗਿਆ ਕੰਮ। ਸਾਨੂੰ ਤਾਂ ਪਸੰਦ ਇਹ ਆ ਜੀ ਠੇਕਾ ਬਾਹਰ ਚੱਕਿਆ ਜਾਵੇ, ਪਿੰਡ ਤੋਂ ਦੂਰ ਭੱਗ ਜੇ। ਠੇਕਾ ਉਹ ਹੋਣਾ ਨੀ ਚਾਹੀਦਾ ਸੀ, ਠੇਕਾ ਰਹਿਣ ਦੇਣੇ ਦੇਣਾ ਨੀ ਉਰੇ। ਕਰਤਾ ਜੀ ਵਾਧੂ ਆਏਦਾ ਏ, ਪਰ ਹੁਣ ਜਦੋਂ ਕੁੜੀਆਂ ਧੀਆਂ ਲਵਾਉਂਦੀ ਲੰਘਦੀਆਂ, ਸਾਨੂੰ ਬਹੁਤ ਔਖਾ ਟੱਪਣਾ। ਸਾਨੂੰ ਤਾਂ ਇਹ ਸਮੱਸਿਆ ਕੀਤੀ ਵੀ ਠੇਕਾ ਜਿੰਦਾ ਲਾਇਆ ਜੀ, ਅਸੀਂ ਨੇ ਵੀ ਠੇਕਾ ਉੜਵਾਗੇ ਜੀ। ਕੰਨਾ ਬਦਲਿਆ ਫੇਰ? ਨਹੀਂ ਅਸੀਂ ਆਪ ਚੱਕਾਂਗੇ, ਅਸੀਂ ਬੋਤਲਾਂ ਭੰਨਾਂਗੇ, ਨਾਲੇ ਠੇਕੇ ਨੂੰ ਕੁੱਟਾਂਗੇ, ਨਾਲੇ ਬੈਠੋਗੇ, ਇੱਥੇ ਬੈਠਾਂਗੇ, ਅਸੀਂ ਕਿਤੇ ਨੀ ਜਾਂਦੀਆਂ ਹੈਗੀਆਂ। ਮੌਲਵੀ ਵਾਲਾ ਛੱਡ ਹੋਇਆ ਬਈ, ਅਸੀਂ ਜਾਂਦੇ ਹਾਂ ਦੁੱਧ ਦੱਧ ਲੈਣ, ਬਈ ਇੱਥੇ ਗਾਲਾਂ ਦਿੰਦੇ ਹਾਂ ਤੇ ਪਿਸ਼ਾਬ ਕਰਦੇ ਹੈਗੇ, ਸਾਨੂੰ ਸੰਗ ਲੱਗਦੀ ਹੈ, ਅਸੀਂ ਅੱਕ ਕੇ ਜਿੰਦਾ ਲਾਏ। ਬਈ ਐ ਚੰਗਾ ਮਾੜਾ ਬੋਲਦੇ, ਧੀਆਂ ਭੈਣਾਂ ਲੰਘਣ ਵਾਲੀਆਂ ਹੈਗੀਆਂ, ਬਈ ਤੜਕੀ ਉੱਠ ਕੇ ਜਾਂਦੇ, ਹਾਥਣ ਵੀ ਜਾਂਦੇ, ਹੱਥ ਉਰ ਮੇਲਾ ਭਰਿਆ ਉਹ ਸਾਨੂੰ ਬਸ ਉਸ ਤੋਂ ਕੀ ਆਮ ਰਸਤਾ ਜਿਹੜਾ ਹੈਗਾ, ਆਮ ਰਸਤਾ ਆ ਗਿਆ, ਗੋਲਾ ਹੈਗਾ, ਅਸੀਂ ਤਾਂ ਠੇਕਾ ਰਹਿਣ ਨੀ ਦਿੰਦੇ। ਪਹਿਲਾਂ ਵੀ ਆਏ ਕਰਤੂਤ ਦੀ ਇਸ ਤੱਕ ਕਈ ਬੈਠਿਆ ਧਰਨਾ ਲਾ ਕੇ, ਪਹਿਲਾਂ ਇਸਤਰੀ ਹੁੰਦਾ ਜੀ, ਹਾਂ ਇਸਤਰੀ ਹੁੰਦਾ ਤਾਂ ਜੀ ਕਹਾਂਗੇ ਇੱਥੇ ਖੋਲਣ ਨੀ ਦਿੰਦੇ, ਉਹ ਵੀ ਬੈਠਾਂਗੇ, ਆ ਜਾਣ ਦੇ ਸੀ ਬਮਾ ਕੋਈ ਆ ਜੇ, ਸਵੇਰੇ 4 ਵਜੇ ਠੇਕਾ ਖੁੱਲ ਜਾਂਦਾ ਜੀ, ਰਾਤ ਨੂੰ 11 ਵਜੇ ਤੱਕ ਇਹ ਠੇਕਾ ਚੱਲਦਾ ਜੀ। ਹੁਣ ਕੀ ਸਮੱਸਿਆ ਆਈ ਹੈ? ਇਹ ਸਮੱਸਿਆ ਆਈ ਹੈ ਜੀ, ਉਹ ਸਕੂਲ ਚ ਨੇੜੇ ਸਾਡੇ ਗੁਰਦੁਆਰਾ ਜੀ, ਠੇਕੇ ਦੇ ਨੇੜੇ ਇੱਕ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਹੈ ਜੀ, ਜਿੱਥੇ ਸਾਡੀਆਂ ਧੀਆਂ ਭੈਣਾਂ ਜਾਂਦੀਆਂ ਨੇ ਜੀ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੀ। ਸਰ ਇਹਨੂੰ ਪਹਿਲਾਂ ਬੜੀ ਵਾਰੀ ਅਸੀਂ ਸਮਝਾ ਚੁੱਕੇ ਵੀ ਠੇਕੇ ਦੇ ਪਾਣੀ ਨਾ ਦਿਆ ਕਰੋ ਜੀ, ਠੇਕੇ ਵੀ ਉਰੇ ਬੰਦੇ ਨਾ ਖੜਾਇਆ ਕਰੋ ਜੀ, ਤੇ ਇਹਨਾਂ ਨੇ ਸਾਡੀ ਇੱਕ ਨੀ ਮੰਨੀ ਜੀ, ਕੋਈ ਮੰਨੀ ਨੀ ਹੈਗੀ, ਕੋਈ ਮੰਨੀ। ਸਰਪੰਚ ਨੂੰ ਮਿਲੇ ਇਹਦੇ ਵਿੱਚ? ਹਾਂ ਜੀ, ਸਰਪੰਚ ਅੱਜ ਮਿਲਿਆ ਨੀ ਸੀਗਾ, ਕਹਿੰਦੇ ਸੀ ਅਸੀਂ ਬਾਹਰ ਆ। ਹੁਣ ਠੇਕਾ ਚੁਕਾਣਾ ਸੀ ਇੱਥੋਂ? ਹਾਂ ਜੀ, ਹੁਣ ਸਰ ਠੇਕਾ ਚੁਕਾਣਾ ਜੀ। ਜੇ ਨਾ ਚੱਕਿਆ? ਜੇ ਨਾ ਚੱਕਿਆ ਸਰ, ਜਦੋਂ ਤੱਕ ਵੀ ਉਰੇ ਅਸੀਂ ਧਰਨਾ ਹੈ ਉਦੋਂ ਤੱਕ ਜਾਰੀ ਰੱਖਾਂਗੇ। ਬਾਹਰ ਚੁਕਾਓ ਮੁਰਦਾਬਾਦ।